का खालसा वाहिगुरु जी की फतेह। मारिया सिटा जगत विच नानक निर्मल पंथ चलाया। धन गुरु नानक साहब सच्चे पातशाह जी जो पहले जामे कुछ बचन मूले खत्री नू कहे सी। धन गुरु नानक साहब ते भाई मरदाना मिलन वास्ते गए। घरवाली बीबी दे आखे लग के मूले खत्री दे घरवाली बीबी ने धन गुरु नानक साहब जी नू जो कुछ बचन कहे भी पातशाह मूला कर नहीं। भाई मरदाना फिर बचन मन के मूले खत्री नू लैन वास्ते गए। तो उस वेले फिर मूले खत्री की घरवाली बीबी ने भाई मरदाने नू कुछ बचन कहे सी कि मूला कर नहीं। गुरु नानक साहब दे कोल फिर भाई मरदाना आए। तीजी वारी फिर लैन वास्ते गए सी बचन मन के। तो मूले खत्री की घरवाली बीबी ने थोड़ा जा खड़के नाल कुछ बचन कहे भी बाबा मैं एक बारी कह दिता भी मूला कर नहीं। ਤਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ ਜੇ ਮੂਲਾ ਹੈ ਨਹੀਂ ਤਾਂ ਫਿਰ ਹੈ ਹੀ ਨਹੀਂ। ਤਾਂ ਉਹਦੇ ਘਰ ਵਿੱਚੋਂ ਇੱਕ ਸੱਪ ਨਿਕਲਿਆ ਮੂਲੇ ਨੂੰ ਡੱਸ ਗਿਆ। ਮੂਲੇ ਖੱਤਰੀ ਦੀ ਘਰਵਾਲੀ ਬੀਬੀ ਅਤੇ ਕੁਝ ਸਿਆਣੇ ਸਿਆਣੇ ਸੱਜਣ ਮੂਲੇ ਨੂੰ ਨਾਲ ਲੈ ਕੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਸੀ ਉਹਨਾਂ ਦੇ ਚਰਨਾਂ 'ਚ ਆਏ। ਫਿਰ ਕੁਝ ਬਚਨ ਦੁਹਰਾਏ ਗਏ। ਤਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਸੀ ਮੂਲੇ ਖੱਤਰੀ ਦਾ ਉਧਾਰ ਅਸੀਂ ਦਸਵੇਂ ਜਾਮੇ ਵਿੱਚ ਕਰਾਂਗੇ। ਜੋ ਪਹਿਲੇ ਜਾਮੇ 'ਚ ਬਚਨ ਕਹੇ ਦਸਵੇਂ ਜਾਮੇ ਵਿੱਚ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਆਏ। ਇਸ ਧਰਤੀ 'ਤੇ ਮੂਲਾ ਖੱਤਰੀ ਜੋ ਕਿ ਸ਼ਾਹੇ ਦੀ ਜੂਨ 'ਚ ਖਰਖੋਸ਼ ਰੈਬਿਟ ਦੀ ਜੂਨ ਵਿੱਚ ਸੀ। ਤਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੂਲੇ ਖੱਤਰੀ ਦਾ ਉਧਾਰ ਕੀਤਾ। ਅੱਜ ਉਹ ਪਾਵਨ ਪਵਿੱਤਰ ਸਥਾਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਉਧਾਰ ਕੀਤਾ ਉਹਨਾਂ ਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।